ਚੰਗਾ ਹੋਵੇ ਜੀ ਇਸੇ ਜਨਮ ਵਿੱਚ ਆਣ ਮਿਲੋ, ਇਹ ਜਨਮ ਤੁਹਾਰੇ ਲਿਖੇ। ਕਹਿ ਰਵਦਾਸ ਆਸ ਲੱਗ ਜੀਵਾਂ, ਮੈਂ ਤਾਂ ਜਿਉਂਦਾ ਇਸੇ ਆਸ ਵਿੱਚ ਪਿਆ। ਜਦ ਕੰਠੇ ਦੀ ਆਸ ਨਾ ਰਹੇਗੀ ਕੰਠਾ ਜੀਵੇਗਾ ਕੌਣ ਜਾਣੇ। ਸਾਈ ਆਸ ਬਰਕਰਾਰ ਰਹੇ ਅਗਲੇ ਜਨਮ ਸਹੀ, ਉਦੋਂ ਅਗਲੇ ਜਨਮ ਸਹੀ, ਪਰ ਇਹ ਤਾਂ ਤਸੱਲੀ ਕੋਈ ਦੇ ਦਿੰਦਾ ਵੀ ਆਓਗੇ। ਸਾਧ ਸਿੰਘ ਬੋਲੋ ਸ੍ਰੀ ਇਹ ਕਹਿੰਦੀਆਂ ਭਾਈ ਕੰਠੇ ਦੀਆਂ ਅੱਖੀਆਂ ਪਰਨਾਲੇ ਹੋ ਗਈਆਂ, ਬੈਨੂਰ ਅੱਖਾਂ ਦੇ ਛੱਪਰ ਚੁੱਕ ਚੁੱਕ ਵੇਖਦਾ, ਹਾਏ ਅੱਜ ਮੇਰੀਆਂ ਅੱਖਾਂ ਤੇ ਜੋਤ ਹੁੰਦੀ, ਮੈਂ ਕਿਸੇ ਪਾਸੇ ਤੱਕ ਸਕਦਾ, ਮੈਂ ਕੋਈ ਸੇਧ ਕਰ ਸਕਦਾ, ਪਰ ਮੇਰੀਆਂ ਅੱਖੀਆਂ ਦੇ ਅੱਗੇ ਹਨੇਰਾ ਹੈ। ਤੇ ਨਾਲ ਹੀ ਸਿਰ ਝੁਕ ਗਿਆ, ਉਹ ਜਾਣੇ ਮਾਰਲੀਆਂ ਅੱਖਾਂ ਗੇ ਹਨੇਰਾ, ਸ਼ੁਕਰ ਹੈ ਅੰਦਰਲੀਆਂ ਵਿੱਚ ਤਾਂ ਚਾਨਣ ਦਿੱਤਾ ਹੀ। ਸਾਦ ਸੰਗਤ ਇਹ ਅੰਨਾ ਹੈ, ਪਰ ਅਸਾਂ ਸੁਜਾਖੀਆਂ ਨਾਲ ਚੰਗਾ। ਜਿਸ ਅੰਦਰ ਪਿਆਰ ਦੀ ਰੋਸ਼ਨੀ ਹੈ, ਜਿਸ ਨੂੰ ਸਾਹਿਬ ਦੇ ਚਰਨਾਂ ਦਾ ਪਿਆਰ ਪ੍ਰਾਪਤ ਹੈ, ਤਾਂ ਸਾਹਿਬ ਆਖਦੇ ਨੇ ਅੰਧੇ ਇਹ ਨਾ ਆਖੀਏ ਜਿਨ ਮੁਖ ਲੋਇਣ ਨਹੀਂ, ਅਖੇ ਅੰਨੇ ਉਹ ਨਹੀਂ ਜਿਨ੍ਹਾਂ ਨੂੰ ਵਾਹਿਗੁਰੂ ਨੇ ਮੂੰਹ ਤੇ ਅੱਖਾਂ ਨਹੀਂ ਲਾਈਆਂ, ਜਿਨ੍ਹਾਂ ਨੂੰ ਆ ਬਾਹਰਲੀਆਂ ਅੱਖਾਂ ਨਹੀਂ ਬਖਸ਼ੀਆਂ, ਉਹ ਤਾਂ ਅੰਨੇ ਨਹੀਂ, ਅੰਨੇ ਤਾਂ ਹੋਰ ਹਨ। ਅੰਧੇ ਇਹ ਨਾ ਆਖੀਏ ਜਿਨ ਮੁਖ ਲੋਇਣ ਨਹੀਂ, ਅੰਧੇ ਸਹੀ ਨਾਨਕਾ ਜੇ ਖਸਮੋ ਗੁੱਥੇ ਜਾਏ। ਕਿਹੜੇ ਗੁੱਸ ਗਏ ਜਿਨ੍ਹਾਂ ਨੇ ਅੱਜ ਅੰਮ੍ਰਿਤ ਵੇਲਾ ਖੁਜਾ ਦਿੱਤਾ, ਜਿਨ੍ਹਾਂ ਨੇ ਅੱਜ ਨਿਤਨੇਮ ਪੂਰਾ ਨਹੀਂ ਕੀਤਾ, ਜਿਨ੍ਹਾਂ ਨੇ ਅੱਜ ਜਾਗਦਿਆਂ ਨਹੀਂ ਜਪਿਆ ਸ੍ਰੀ ਵਾ, ਜਿਨ੍ਹਾਂ ਨੂੰ ਅੱਜ ਸਤਸੰਗ ਦੀ ਘੜੀ ਨਸੀਬ ਨਹੀਂ ਹੋਈ, ਉਹ ਸੁਜਾਖੇ ਨਹੀਂ ਅੰਨੇ। ਸਾਹਿਬ ਆਖਦੇ ਨੇ ਮੈਂ ਅੰਧਲੇ ਕਹੂੰ ਗੁਰ ਅੰਚਲ ਦੀਜੇ, ਹਮ ਅੰਧਲੇ ਨੂੰ ਮੈਂ ਅੰਨਾ ਹਾਂ ਗਰੀਬ ਨਵਾਜ, ਮੈਨੂੰ ਪੱਲਾ ਪਕੜਾਓ। ਬਾਬਾ ਜੀ ਆਖਦੇ ਸਨ ਕਿਵੇਂ ਪਤਾ ਲੱਗੇ ਵੀ ਪੱਲਾ ਪਕੜਾਇਆ ਸੁਕੇ ਕੋਈ ਨਾ, ਆਉਂਦੇ ਸਨ ਜੇ ਸਤਸੰਗ ਦੇ ਲੜ ਲੱਗ ਗਏ ਤਾਂ ਸਮਝ ਲੈ ਗੁਰੂ ਨਾਨਕ ਨੇ ਆਪਣਾ ਪੱਲਾ ਤੈਨੂੰ ਫੜਾ ਦਿੱਤਾ। ਇਹ ਸਤਸੰਗ ਗੁਰੂ ਨਾਨਕ ਦਾ ਪੱਲਾ ਹੈ, ਜੇ ਸਤਸੰਗ ਵਿੱਚ ਆਵਣ ਦੀ ਰੁਚੀ ਬਣ ਗਈ ਹੈ ਤੇਰੀ, ਤਾਂ ਤੈਨੂੰ ਉਸਨੇ ਆਪਣੇ ਪੱਲੇ ਨਾਲ ਲੈ ਲਿਆ। ਉਚਾਰਨ ਕਰੋ ਸ੍ਰੀ ਵਾਹ, ਤਾਈਏ ਜੇ ਰੜੀ ਤੇ ਘੋੜੇ ਦਾ ਸੁੰਭ ਖੜਕਿਆ, ਭਾਈ ਕੰਠਾ ਤ੍ਰਿਪਕਿਆ ਕਿਤੇ ਮੇਰੇ ਪਾਤਸ਼ਾਹ ਨਾ ਆਉਂਦੇ ਹੋਣ, ਤੇ ਨਾਲ ਹੀ ਆਖਦਾ ਨਹੀਂ ਹੋਏ ਕੰਠਿਆ ਕਿੱਥੇ ਤੇਰੇ ਏਡੇ ਬਾਗ ਕਿੱਥੋਂ, ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ, ਤੇ ਆਸਾ ਕਿਹੜੀਆਂ ਲਾਈ ਬੈਠੀ, ਅਤੇ ਕਿਸੇ ਪਿਆਰ ਵਾਲੇ ਦੇ ਕੋਲ ਇਸ ਵੇਲੇ ਬੈਠੇ ਹੋਣਗੇ, ਕਿਸੇ ਭਾਗਾਂ ਵਾਲੇ ਨੂੰ ਦਰਸ਼ਨ ਦੇ ਰਹੇ ਹੋਣਗੇ। ਕੰਠਿਆ ਤੂੰ ਕੀ ਪਿਆਖਣੇ, ਗੁਰੂ ਤੇਰੇ ਪਾਸ ਚੱਲ ਕੇ ਆਏਗਾ। ਤੇ ਨਾਲ ਹੀ ਕਾਂਟਾ ਬਦਲੇ ਆਖਦਾ ਕੰਠਿਆ ਮੈਥੋਂ ਪਰੇ ਗਰੀਬ ਹੋਰ ਕਿਹੜਾ ਸੰਸਾਰ ਵਿੱਚ, ਤੇ ਉਹ ਹਨ ਗਰੀਬ ਨਿਵਾਜ, ਕਹਿ ਜਾਣੀਏ ਗਰੀਬ ਨੂੰ ਨਿਵਾਜਣ ਆ ਹੀ ਗਏ ਹੋ। ਜਿਵੇਂ ਜਿਵੇਂ ਆਵਾਜ਼ ਨੇੜੇ ਪਈ ਆਉਂਦੀ ਹੈ, ਜਾਪਦਾ ਜਿਵੇਂ ਮੇਰਾ ਪਾਤਸ਼ਾਹ ਹੋਵੇ, ਕਿਉਂਕਿ ਅੰਦਰ ਠੰਡ ਪੈ ਰਹੀ ਹੈ। ਕਿਸੇ ਵੇਲੇ ਢੇਰੀਆਂ ਬਣਾਉਂਦਾ ਹੈ, ਕਿਸੇ ਵੇਲੇ ਡੰਡਾ, ਤਾਂ ਜੇ ਸਾਹਿਬ ਨੇੜੇ ਆ ਗਏ ਘੋੜੇ ਤੋਂ ਉਤਰੇ, ਭਾਈ ਕੰਠੇ ਦੇ ਸਨਮੁਖ ਅਨ ਖੜੋਤੇ ਤੇ ਆਵਾਜ਼ ਦਿੱਤੀ ਕੰਠਿਆ ਅਸੀਂ ਆ ਗਏ, ਆ ਗਏ ਦੀ ਸਦ ਸੁਣੀ ਤੇ ਭਾਈ ਕੰਠੇ ਦਾ ਸਿਰ ਧਰਤੀ ਜਿਨ੍ਹਾਂ ਰਾਹਾਂ ਤੋਂ ਆਏ ਰਹਾ ਤੋ ਸਦਕੇ। ਗਰੀਬ ਨਵਾਜ ਮੇਰੀਆਂ ਅੱਖਾਂ ਨਹੀਂ ਜੋ ਮੈਂ ਵੇਖ ਸਕਾਂ, ਪਰ ਮੇਰੇ ਹੱਥ ਹਨ,
ਜੇ ਨੇੜੇ ਹੋਵੋ ਤਾਂ ਮੈਂ ਢੋ ਕੇ ਵੇਖ ਲਵਾਂ। ਹਜ਼ੂਰ ਜਿਸ ਵੇਲੇ ਨੇੜੇ ਹੋਏ, ਬਾਈ ਕੰਠਾ ਬੈਠਾ ਸੀ, ਸਾਹਿਬ ਖੜੋਤੇ ਸਨ, ਬਾਈ ਕੰਠੇ ਨੇ ਸਾਹਿਬ ਦੇ ਗੋਡਿਆਂ ਨੂੰ ਗਲੋਕੜੀ ਪਾ ਲਈ। ਤੇ ਦੂਜੀ ਛਿੰਨ ਵਿੱਚ ਸੱਚੇ ਪਾਤਸ਼ਾਹ ਧਰਤੀ ਤੇ ਬੈਠ ਗਏ, ਕੋਈ ਵਿਸ਼ਾਈ ਨਹੀਂ ਕੀਤੀ ਹੋਈ। ਉਸ ਵੇਲੇ ਕੌਣ ਸੋਚਦਾ, ਕੌਣ ਫਲਦਾ ਵਿਸ਼ਾਈਆਂ ਨੂੰ? ਦੋਈ ਪਾਸੇ ਜੇ ਪ੍ਰੇਮ ਦੀਆਂ ਕਾਂਗਾ ਚਿਣੀਆਂ ਹੋਵਣ, ਨਾ ਕੰਠੇ ਨੂੰ ਕੋਈ ਚੇਤਾ ਹੈ, ਨਾ ਸਾਹਿਬ ਨੂੰ ਕੋਈ ਯਾਦ ਹੈ ਕਿ ਮੈਂ ਕਿੱਥੇ ਬੈਠ ਰਿਹਾ। ਹਜ਼ੂਰ ਜਿਸ ਵੇਲੇ ਬੈਠ ਗਏ, ਕੰਠੇ ਨੂੰ ਗੁੱਟ ਗਲਵਕੜੀ ਪਾਈ, ਮੇਰਾ ਕੰਠਾ। ਕੰਠੇ ਨੇ ਆਖਿਆ, ਅੱਜ ਕੰਠਾ ਨਾਮ ਮਾਂ ਨੇ ਰੱਖਿਆ ਸੀ, ਅੱਜ ਸਫਲ ਹੋਇਆ। ਜਦੋਂ ਤੇਰੇ ਚਰਨਾਂ ਦੇ ਨਾਲ ਇਹ ਮੇਰਾ ਕੰਠ ਛੋਇਆ, ਗਰੀਬ ਨਵਾਜ, ਮੈਂ ਤਾਂ ਨਿਤ ਅਰਦਾਸਾਂ ਹੀ ਕਰਦਾ ਸਾਂ, ਕਦੇ ਖਿਆਲ ਤੱਕ ਨਹੀਂ ਸੀ ਕਿ ਇਹ ਅਰਦਾਸਾਂ ਇਸੇ ਜਨਮ ਵਿੱਚ ਪੁੱਗਣਗੀਆਂ। ਹਾਂ ਤੁਮਰੀ ਕਰੋ ਨਿਤ ਆਸ, ਪ੍ਰਭ ਮੈਂ ਕਬ ਗੱਲ ਲਾਵੋਗੇ, ਤੇ ਅੱਜ ਗੱਲ ਲਾ ਲਿਆ ਜੇ ਤੇਰੇ ਚਰਨਾਂ ਤੋਂ ਸਦਕੇ। ਕੰਠਿਆ, ਪਤਾ ਹੀ ਮੈਂ ਕਿੱਥੋਂ ਆਇਆ, 35 ਘੋ ਦੀ ਵਿੱਚ ਤੋਂ ਗੌੜਾ ਭਜਾ ਕੇ ਆਇਆ। ਕੰਠਿਆ, ਤੇਰੀ ਪੁਕਾਰ ਪਹੁੰਚੀ, ਬਸ ਮੈਂ ਤੁਰ ਪਿਆ ਤੇ ਆਣ ਪਹੁੰਚਿਆ ਤੇਰੇ ਤੱਕ, ਹੁਣ ਮੇਰਾ ਆਇਆ ਸਫਲ ਹੋਵੇ। ਭਾਈ ਕੰਠਾ, ਜੇ ਕੁਛ ਮੰਗ ਲਏ ਤਾਂ ਮੰਗ ਕੀ ਦੇ, ਪਾਤਸ਼ਾਹ ਤੂੰ ਆ ਗਈ, ਹੋਰ ਕੇ ਮੰਗ। ਸੋ ਮੰਗਾ ਦਾਨ ਗੁਸਾਈਆਂ, ਜਿੱਤ ਬੁੱਖ ਲੈ ਜਾਵੇ, ਹਰ ਜੀ ਦੇਵ ਦਰਸ਼ਨ ਆਪਣਾ, ਜਿੱਤ ਢਾਡੀ ਤ੍ਰਿਪਤਾਵ ਹੈ। ਅਰਦਾਸ ਸੁਣੀ ਦਾ ਤਾਰ ਪ੍ਰਭ, ਡਾਡੀ ਤੋਂ ਮਹਿਲ ਬੁਲਾਵੇ, ਹੁਣ ਮੰਗ। ਅਖੇ ਪ੍ਰਭ ਦੇਖਦਿਆਂ ਦੁੱਖ ਬੁੱਖ ਗਈ, ਡਾਡੀ ਕੋ ਮੰਗਣ ਚਿੱਤ ਨਾ ਆਵੇ। ਕੋਈ ਸ਼ਾਇਦ ਇੱਥੋਂ ਪਿਆਰੀ ਹੋਵੇ ਤਾਂ ਮੰਗਾ, ਤੈਨੂੰ ਮੰਗਿਆ ਸੀ, ਤੂੰ ਆ ਗਿਆ, ਹੋਰ ਕੇ ਮੰਗ। ਕੰਠਾ, ਕੁਛ ਤਾਂ ਮੰਗ, ਮੇਰਾ ਤੀਜਾ ਵਚਨ ਹੈ, ਕੁਛ ਤਾਂ ਮੰਗ। ਤਾਂ ਕੰਠੇ ਨੇ ਆਖਿਆ, ਸੱਤ ਵਚਨ ਪਾਤਸ਼ਾਹ, ਤੇਰਾ ਵੀ ਵਚਨ ਐਵੇਂ ਨਾ ਜਾਵੇ, ਤੇ ਮੈਨੂੰ ਵੀ ਯਾਦ ਆ ਗਿਆ ਇੱਕ ਥੁੜ ਹੈ, ਇਹ ਪੂਰੀ ਕਰ ਦੇ। ਕੰਠਿਆ, ਕਹੋ ਨਾ ਛੇਤੀ। ਭਾਈ ਕੰਠੇ ਨੇ ਆਖਿਆ, ਤੂੰ ਕੋਲ ਬੈਠਾ ਗਰੀਬ ਨਵਾਜ਼, ਪਰ ਮੇਰੀਆਂ ਅੱਖਾਂ ਜੀ ਹਨੇਰਾ, ਮੈਂ ਤੈਨੂੰ ਦੇਖ ਨਹੀਂ ਪਿਆ ਸਕਦਾ, ਜੇ ਇੱਕ ਵਾਰੀ ਅੱਖਾਂ ਖੋਲ ਦੇਵੇ ਤਾਂ ਤੇਰਾ ਪ੍ਰਤੱਖ ਦਰਸ਼ਨ ਕਰ ਲਵਾਂ। ਕੰਠਿਆ, ਕਿਹੜੀ ਵੱਡੀ ਗੱਲ ਹੈ, ਅੱਖਾਂ ਮਲ ਕੇ ਖੋਲ ਦੇ। ਭਾਈ ਕੰਠੇ ਨੇ ਅੱਖਾਂ ਮਲੀਆਂ, ਜਿਸ ਵੇਲੇ ਖੋਲੀਆਂ, ਛੇਵੇਂ ਪਾਤਸ਼ਾਹ ਦਾ ਪ੍ਰਤੱਖ ਦਰਸ਼ਨ ਕੀਤਾ। ਸਦਕੇ ਅੱਖਾਂ ਨਹੀਂ ਪਿਆ ਚਮਕਦਾ। ਕੰਠਿਆ, ਕੀ ਪਿਆ ਤੱਕਣਾ ਹੈ ਪਾਤਸ਼ਾਹ, ਅੱਖਾਂ ਦੀਆਂ ਪੁਤਲੀਆਂ ਵਿੱਚ ਤੇਰਾ ਫੋਟੋ ਪਿਆ ਖਿੱਚਦਾ। ਕੰਠਿਆ, ਗਰੀਬ ਨਿਵਾਜ, ਕੁਛ ਹੋਰ ਨਾ, ਮੈਂ ਦੇਖ ਕੇ ਰਜਿਆ ਨਹੀਂ ਅਜੇ, ਕੋਈ ਤਾਂ ਮੰਗਦੇ ਫਿਰਦੇ, ਮੈਂ ਤੱਕਦਾ ਹੀ ਨਹੀਂ। ਤੇ ਕੰਠਿਆ, ਕਿਸੇ ਨੂੰ ਮੈਂ ਬਾਰ ਬਾਰ ਆਪ ਕਹਿੰਦਾ ਕੁਝ ਮੰਗ। ਬਾਬਾ ਜੀ ਨੂੰ ਇੱਕ ਦਿਨ ਅੰਮ੍ਰਿਤ ਵੇਲੇ ਆਵਾਜ਼ ਆਈ, ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਿਤੋਂ ਨੇ? ਤੇ ਫਿਰ ਸਨਮੁਖ ਬੈਠ ਗਏ ਸਾਹਮਣੇ ਨੁੱਕਰ ਵਿੱਚ, ਜਿਹਨਾਂ ਨੇ ਦੇਖੀ ਹੋਈ ਹੈ ਉਹ ਥਾਂ, ਉਹਨਾਂ ਦੀਆਂ ਅੱਖਾਂ ਗਿਆ ਗਈ ਉਸੇ ਸਾਹਮਣੇ। ਜਿਸ ਵੇਲੇ ਬੈਠ ਗਏ ਤੇ ਆਵਾਜ਼ ਆਈ, ਉਸ ਵੇਲੇ ਹੋਰ ਕੋਈ ਨਹੀਂ ਸੀ ਹੁੰਦਾ, ਕੋਈ ਰਾਤ ਦੇ 2:30 ਵਜੇ ਪ੍ਰਕਾਸ਼ ਕਰਨਾ ਗੁਰੂ ਗ੍ਰੰਥ ਸਾਹਿਬ ਦਾ, ਤੇ ਫਿਰ ਸਨਮੁਖ ਬੈਠ ਜਾਣ। ਜੇ ਬੈਠੇ ਥੱਕ ਜਾਣ ਤਾਂ ਬਾਸ ਬਣਿਆ ਹੋਇਆ ਸੀ, ਉਹਦੇ ਨਾਲ ਫੜ ਕੇ 2-4 ਕਦਮ ਇੱਧਰ ਉੱਧਰ ਤੁਰ ਲੈਂਦੇ ਸਨ, ਪਰ ਨਜ਼ਰ ਸਾਹਮਣੇ ਰਹਿੰਦੀ ਸੀ, ਅੱਖਾਂ ਸਾਹਮਣੇ ਟਿੱਕੀਆਂ ਰਹਿੰਦੀਆਂ ਸਨ। ਆਵਾਜ਼ ਆਈ, ਨੰਦ ਸਿਆ ਤ੍ਰਿਪਕੇ, ਕੌਣ ਬੋਲਦਾ? ਜਵਾਬ ਮਿਲਿਆ, ਉਹੀ ਬੋਲਦਾ ਜਿਹਨੂੰ ਤੂੰ ਰੋਜ਼ ਪੁਕਾਰਨਾ, ਦਰਸ਼ਨ ਦਿਓ ਦਰਸ਼ਨ ਦਿਓ, ਉਹੀ ਬੋਲਦਾ। ਫਿਰ ਦਿਓ ਦਰਸ਼ਨ, ਆਖਿਆ ਦਰਸ਼ਨ ਪ੍ਰਤੱਖ ਨਹੀਂ, ਕਿਸੇ ਤਰ੍ਹਾਂ ਕਰ ਲਿਆ ਜਿਵੇਂ ਰੋਜ਼ ਕਰਨਾ। ਤੇ ਬਾਬਾ ਜੀ ਨੇ ਆਖਿਆ, ਫਿਰ ਜਾਓ, ਫਿਰ ਆਵਾਜ਼ਾਂ ਦੇਣ ਦੀ ਕੀ ਲੋੜ, ਉਹ ਤੇ ਮੈਂ ਰੋਜ਼ ਅੱਗੇ ਕਰਦਾ ਹੀ।
आवाज जो चेची दिती जे तो आवाज दिती है जरा वेखा तो सही भला कैसा। एक बारी एक वैदी साहब आए बाबा जी दे पास कीर्तन कर रहे सा आ मिल सतगुरु नानक जी। बाबा जी ने इशारा किया उसी चुप कर रहे आने वेदी साहब गुरु नानक दी अंश ये तो दात तुहाडे घर दी है असी तो झाड़ू देने वाले पर आ कीर्तनी है कि घंटा भर हो गए कीर्तन करते हैं आ मिल सतगुरु नानक जी ये किनू आखते हैं गुरु नानक तो गुरु ग्रंथ साहब बैठा है ये किनू कहें आख्या जी ये उतना चिर कहते ने जिन्ना चिर रुमाला नहीं चुकया। बाबा जी ने आख्या बस मेजी साहब यही कुछ पले सी जिन्ना चिर रुमाला नहीं चुकया है तो साढ़े बस है हूं चुक लें ये रुमाला चुकिया गुरु नानक का दर्शन होंगे तो कह की लड़ है हूं रुमाला चुक के वेख लें। उन्हें आखिया जी रुमाला बेशक चुकया हो पर जिन्ना चिर हुक्मनामा नहीं लिया। बाबा जी ने आखिया हुक्म भी लै सकते ये कड़ी वड्डी गल है रोज हुक्मनामा लेंदे तो फिर उन्होंने समझ आ गई हथ चल जोड़े ये तुहाड़ियां बुझारतां तुसीं आप बुझो कथा मैं ठीक चंगी करदा हां लोग सलाउंदे हन पर जिथे तुसीं पै बोलदे हो उथे मेरी पहुंच नहीं। पहले तो चुप कर रहे ते फिर कहने लगे असीं तां बेनती करदे हां गरीब नवाज तेरा ए रूप भी सोहना है ए गुरु ग्रंथ साहब महाराज सच्चे पातशाह तू ठीक गुरु नानक है सानू बेप्रतीति नहीं असी प्रतीत करदे तू गुरु नानक बैठा है तेरा ए रूप बड़ा सोहना है सदा अखियां विच पिया वसे पर गरीब नवाज एक बारी उस रूप की भी जात पा दे जिस रूप में रीठा मीठा किया जिस रूप में तली ते पत्थर जलिया फिर पंजा ला दिता सी कितने महापुरुष अवतार रिखी मुनि संसार विच आए बड़िया घाला घालियां और करामाता का भी अंत कोई नहीं पर गए तो नाल लै गए। गुरु नानक सच्चे पातशाह ने आन के जो कुछ कर विखाया वो फिर नाल लै नहीं गए वो अज भी प्रतख है ये रीठा है तो अज भी मीठा ये पंजा है तो अज भी खलोता है सात संगत बोलो श्री पिपल दे पत्ते ते केसर छिड़किया सी छेवें पातशाह केसर छिड़किया सी ते ओ केसर छिड़किया होया पिपल दे पत्तियां ते अज भी जेड़े पत्ते नवे निकलते हैं उन्हां ते केसर छिड़किया हुंदा केसर दा निशान लगा होया साध संगत बोलो श्री जी। ते गल करदे आ बाबा जी गला भर आया मेरी साहब असी ते तां बेनतियां करते हैं आ मिल सतगुरु नानक जी एक बारी ओ रूप दिखा दे एक बार। ते जिस वेली आवाज आई तो बाबा जी ने आखिया कौन बोलता है अखे ओ हो जी तू रोज आखने दर्शन दे फिर दियो दर्शन अखे इंज प्रतख नहीं इसे तरह कर लो कि फिर जाओ फिर आवाजा देने की की लोड़ है सतगुरु केडी बेपरवाही फिर यह रूप तो साढ़े कोल है सदा प्यार करांगे पर यह आस साड़ी बरकरार रहेगी जिस गुरु नानक ने आ गुरु ग्रंथ साहब का रूप धारिया है एक बारी दर्शन ओदे भी कर लेंगे। वो क्यों जिया है आप पिछे तस्वीर वेख लो की हो जिया है ये तस्वीर इस वास्ते है कि किते बन बैठे इो जिया तो प्रतीत आ जाए भी ठीक गुरु नानक बैठा है सात सिंह बोलो श्री। प्यार दी गली अनोखी प्यार दी खेड ही वखरी है ये तो खेडने वाले जान परवाना जाने के क्षमा ते किवें कुर्बान होईदा है कितना को प्यार करीदा है किडिया ने क्या जाने सात सिंह बोलो श्री। जिन्हां नूं मरना नहीं आया वह पुगे किथे हैं उही पुगदे हैं जिन्हां नूं मरना आया सिर दर गली गली मोरिया
ਕਿਸ ਵੇਲੇ ਮਰਦੇ ਹਨ? ਵਕਤੇ ਉੱਪਰ ਲੜ ਮੁੰਗੇ, ਜੋ ਨਾਮ ਜਪਣ ਦਾ ਵੇਲਾ ਹੈ ਉਸ ਵੇਲੇ ਜੇ ਮੌਤ ਵੀ ਆਵੇ ਤੇ ਆਖਦੇ ਠਹਿਰ ਜਾ ਮੈਂ ਨਿਤਨੇਮ ਕਰ ਲਵਾਂ। ਇੱਕ ਮਾਮੂਲੀ ਬੰਦਾ ਕੋਈ ਮਿੱਤਰ ਆ ਜਾਂਦਾ ਹੈ ਗੜ ਮਿਲਣ ਵਾਸਤੇ, ਨਿਤਨੇਮ ਖੁੱਲ ਜਾਂਦਾ, ਇਤਨਾ ਕੁ ਪਿਆਰ ਹੈ ਸਾਡਾ ਨਿਤਨੇਮ ਨਾਲ, ਤਾਂ ਕਿਵੇਂ ਪੁੱਗਾਂਗੇ, ਕਿਵੇਂ ਮਿਲੇਗਾ ਗੁਰੂ ਨਾਨਕ? ਆ ਜਿਹਨਾਂ ਨੂੰ ਮਿਲਿਆ ਉਹਨਾਂ ਦੇ ਪਿਆਰ ਦੀ ਕਥਾ ਤਾਂ ਸੁਣੋ ਭਾਈ, ਲਿਓ ਖੜੇ ਹੁੰਦੇ ਦਨ ਭਾਈ ਕੰਠਾ, ਅੱਖੀਆਂ ਤਾਂ ਹੀਨ ਹੈ, ਕਿਹੜੀਆਂ ਖਿੱਚਾਂ ਪਾਈਆਂ ਸੂ ਪਿਆਰ ਦੀਆਂ, ਸਾਹਿਬ ਕੋਲ ਆਣ ਬੈਠੇ ਹਨ ਤੇ ਮੰਗ ਕੀ ਮੰਗੀ ਸੂ? ਇੱਕ ਵਾਰੀ ਅੱਖਾਂ ਖੋਲ ਦੇ। ਸਾਹਿਬ ਨੇ ਅੱਖਾਂ ਖੋਲ ਦਿੱਤੀਆਂ, ਹੁਣ ਡੁੱਬ ਡੁੱਬ ਅੱਖਾਂ ਭਰੀਆਂ ਭਾਈ ਕੰਠੇ ਦੀਆਂ, ਤੇ ਆ ਛੇਵੇਂ ਪਾਸਾ ਦਾ ਦਰਸ਼ਨ ਕਰਦਾ ਕਿ ਸਾਹਿਬ ਨੇ ਆਖਿਆ ਕੰਠਿਆ ਕੁਛ ਤਾਂ ਹੋਰ ਮੰਗ, ਕੁਛ ਤਾਂ ਮੰਗ, ਦੇਵੋਗੇ? ਕੰਠਿਆ ਕਿਉਂ ਨਹੀਂ ਦਿਆਂਗੇ, ਤ੍ਰਿਲੋਕੀ ਦਾ ਰਾਜ ਮੰਗੇ ਤਾਂ ਤੈਥੋਂ ਸਦਕੇ, ਕਿਹੜੀ ਵੱਡੀ ਗੱਲ ਹੈ, ਇਹ ਗੁਰੂ ਨਾਨਕ ਦਾ ਖੀਸ ਹੈ। ਕੰਠਿਆ ਆਪਣੇ ਹੱਥ ਨਾਲ ਜਿਹੜੀਆਂ ਦਾਤਾਂ ਮਰਜ਼ੀ ਕੱਢ ਲੈ, ਸਰਫਾ ਸੰਕੋਚ ਨਾ ਕਰ, ਮੰਗ ਜੋ ਮੰਗਣ। ਕੰਠੇ ਨੇ ਮੁਰਚਾਂ ਪੁੱਛਿਆ, ਦਿਓਗੇ ਨਾ? ਕੰਠਿਆ ਕੋਈ ਸੰਸਾ ਹੈ, ਕਿਵੇਂ ਤੈਨੂੰ ਪ੍ਰਤੀਤ ਕਰਾਵਾਂ ਕਿ ਜੋ ਕੁਝ ਤੂੰ ਆਖੇਗਾ ਆਖੇਗਾ ਪਿੱਛੋਂ ਪਹਿਲਾਂ ਮੈਂ ਮੰਨਿਆ? ਆਖ ਤਾਂ ਸਹੀ। ਤਾਂ ਕੰਠੇ ਨੇ ਆਖਿਆ, ਗਰੀਬ ਨਵਾਜ਼ ਆਹ ਜਿਹੜੀਆਂ ਅੱਖਾਂ ਦਿੱਤੀਆਂ ਨੀ ਨਾ ਮੋੜ ਲੈ, ਮੇਰੀਆਂ ਚਿਮਣੀਆਂ ਦੀਆਂ ਗੰਢਾਂ ਫੇਰ ਮੁੜ ਕੇ ਉਸੇ ਤਰ੍ਹਾਂ ਪਾ ਦੇ। ਕੰਠਿਆ ਕਿਉਂ, ਤੂੰ ਅੰਦਰ ਆ ਗਿਆ ਨਾ ਹੁਣ, ਇਸ ਵਾਸਤੇ ਗਰੀਬ ਨਵਾਜ਼ ਮੇਰੀਆਂ ਅੱਖਾਂ ਬੰਦ ਕਰ ਦੇ, ਅੰਦਰ ਕੋਈ ਹੋਰ ਨਾ ਆ ਜਾਵੇ ਤੇ ਅੰਦਰੋਂ ਤੂੰ ਨਾ ਬਾਹਰ ਚਲਾ ਜਾ। ਇਸ ਵਾਸਤੇ ਪਾਤਸ਼ਾਹ ਮੈਂ ਤੈਨੂੰ ਵੇਖਿਆ ਹੋਰ ਕਿਸੇ ਨੂੰ ਨਾ ਵੇਖਾਂ। ਉਹ ਕੰਠਿਆ ਅੱਖਾਂ ਦੇ ਕੇ ਕਿਵੇਂ ਮੋੜ ਲਵਾਂ? ਨਾ ਕੰਠਿਆ ਇਹ ਗੱਲ ਨਾ ਆਖ, ਪਾਤਸ਼ਾਹ ਤੁਸੀਂ ਵਚਨ ਕੀਤਾ। ਕੰਠਿਆ ਇਹ ਵਚਨ ਮਾਫ ਕਰ ਦੇ, ਹੋਰ ਕੁਛ ਮੰਗ, ਹੋਰ ਕੁਝ ਮੰਗ ਦਿਓਗੇ? ਅੱਗੇ ਵੀ ਨਹੀਂ ਜੇ ਦਿੱਤਾ, ਆਖ ਕੇ ਆਖ ਦਿਓ ਕੰਠਿਆ ਹੋਰ ਮੰਗ, ਮੰਗਦਾ ਤਾਂ ਇਹੀ ਆ ਅੱਖਾਂ ਮੋੜ ਲੈ, ਪਰ ਜੇ ਇਹ ਨਹੀਂ ਮੋੜਦੇ ਤਾਂ ਫਿਰ ਇੱਕ ਵਚਨ ਹੋਰ ਕਰੋ, ਦਿਓਗੇ? ਹਾਂ ਕੰਠਿਆ ਅੱਖਾਂ ਤੋਂ ਬਿਨਾਂ ਜੋ ਕੁਝ ਆਖੇ ਮੈਂ ਮੰਨਾਂਗਾ। ਤਾਂ ਕੰਠੇ ਨੇ ਆਖਿਆ ਫਿਰ ਪ੍ਰਾਣ ਮੋੜ ਲੈ, ਜੀਵਨ ਦੀ ਹੁਣ ਲੋੜ ਨਹੀਂ, ਇੱਛਾ ਨਹੀਂ, ਬਸ ਤੈਨੂੰ ਵੇਖਣਾ ਸੀ, ਵੇਖਦੇ। ਇਹ ਕਹਿੰਦਾ ਕਹਿੰਦਾ ਕੰਠਾ ਜਿਸ ਵੇਲੇ ਚਰਨਾਂ ਤੇ ਝੁਕਿਆ ਤੇ ਚਰਨਾਂ ਦੇ ਵਿੱਚ ਸਮਾ ਗਿਆ। ਸੱਚੇ ਪਾਤਸ਼ਾਹ ਨੇ ਕੰਠੇ ਦਾ ਹੱਥੀ ਸੰਸਕਾਰ ਕੀਤਾ, ਧੰਨ ਭਾਈ ਕੰਠਾ, ਪਿਆਰ ਦੀ ਖੇਡ ਖੇਡ ਗਿਆ। ਇਹਦਾ ਪਿਆਰ ਹੋਵੇ ਨਾ ਭਾਈ, ਸਾਡਾ ਤਾਂ ਪਿਆਰ ਹੈ ਧਨ ਨਾਲ, ਪੁੱਤਰ ਨਾਲ, ਆਪਣੇ ਸਰੀਰ ਨਾਲ। ਹੁਣ ਕੀਰਤਨ ਸਮਾਪਤੀ, ਬੁੱਲਾਂ ਝੁਕਾਂ ਬਖਸ਼ਣੀਆਂ, ਤੇ ਬਾਬਾ ਜੀ ਦਾ ਇਹ ਬਚਨ ਪੱਲੇ ਬੰਨ ਕੇ ਜਾਣਾ ਵੀ ਅੰਮ੍ਰਿਤ ਵੇਲੇ ਉੱਠੋ, ਇਸ਼ਨਾਨ ਕਰੋ ਤੇ ਜੱਟ ਗਰੀ ਬਹਿ ਕੇ ਨਾਮ ਜਪੋ ਤੇ ਫਿਰ ਸੰਗਤ ਵਿੱਚ ਆ ਜਾ। ਜਿੱਥੇ ਸੰਗਤ ਹੋਵੇ, ਜਿੱਥੇ ਮਨ ਜੁੜੇ, ਜਿੱਥੇ ਮਨ ਲੱਗੇ, ਜਿੱਥੇ ਜਾ ਕੇ ਜਾਪੇ ਕਿ ਮੈਨੂੰ ਕੁਛ ਪ੍ਰਾਪਤ ਹੋਇਆ ਹੈ, ਤਿਤ ਜਾਏ ਬਈ ਇਹ ਸਤ ਸੰਗਤੀ, ਜਿੱਥੇ ਹਰ ਕਾ ਹਰ ਨਾਮ ਬਿਲੋਈਐ। ਵਾਹਿਗੁਰੂ ਜੀ ਕਾ ਖਾਲਸਾ।